पर इथे अपॉलोजी तो दी है केस तो डरद, पर जेडे एंगल दिते गए हैं उन्हां तो पता लगता कि हाले भी सिख धर्म के खिलाफ वड्डी साजिश जिहड़ी है वो लगातार चल रही। फायदा साडा घट किया क्योंकि सानू अपना नहीं ना प्रधान श्रोमणी अकाली दल सरदार सुखबीर सिंह बादल दी कोई इस गल दी जिद है कि जरूरी मेरे को कोई अपॉलोजाइज करे। जो भाषा इहदे विच वरती गई है वो सिखां दे जख्मां दे उत्ते दम छिड़कण। श्रोमणी अकाली दल दा प्रधान ही कदी एक्सैप्ट कर सकता, ना कोई होर ही गुरु दे विच आस्था रखण वाला कोई भी नानक नाम लेवा कदी भी एक्सैप्ट कर सकता कि 2007 तो लैके 2017 तक जिहड़ा राज सी पंजाब दे विच उह श्रोमणी अकाली दल दा सी, सरदार सुखबीर सिंह बादल उहदे विच सी। साडी लीडरशिप नूं ही इस तरीके जिहड़ी है पेश करन दी कोशिश कीती गई कि ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਹੜੇ ਅਕਾਲੀ ਦਲ ਹੈ, ਕਈ ਅਕਾਲੀ ਦਲ ਇੱਥੇ ਤੁਰੇ ਫਿਰਦੇ ਆ। ਮਾਈ ਗੁਰੂ ਜੀ ਹੈਜ਼ ਮੋਟੀਵੇਟਡ ਯੰਗਸਟਰ ਟੂ ਰੈਸਕਿਊ ਐਂਡ ਰੀਹੈਬਿਲੀਟੇਟ ਦੀ ਡੈਸਟੀਚੂਟ ਫੀਮੇਲ ਅੰਗੇਜ਼ਡ ਇਨ ਫੋਰਸਡ ਪ੍ਰੋਸਟੀਟਿਊਸ਼ਨ। ਕਿ ਤੁਸੀਂ ਮੁਕਾਬਲਾ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਨਾਲ, ਔਰ ਜਿਹੜੇ ਉਹਦੇ ਪਾਪ ਹੈ, ਜਿਹੜੇ ਮਾੜੇ ਕੰਮ ਉਹਨੇ ਕੀਤੇ, ਉਹਨਾਂ ਦੀ ਜਿਹੜੀ ਸਜ਼ਾ ਹੋਈ, ਜੇਲ੍ਹ ਹੋਈ, ਉਹਨੂੰ ਤੁਸੀਂ ਜਸਟੀਫਾਈ ਕਰਨ ਵਾਸਤੇ ਕਿ ਉਹਦਾ ਉਹ ਕੰਮ ਠੀਕ ਹੈ, ਉਹਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਗੁਰੂ ਨਾਨਕ ਸਾਹਿਬ ਸਾਨੂੰ ਆਪਣੀ ਮਾਫ਼ੀ ਦੇ ਲਈ ਜੇ ਸਾਡੇ ਗੁਰੂਆਂ ਦਾ ਹੀ ਤੁਸੀਂ ਅਪਮਾਨ ਕਰਨਾ ਨੋਟਿਸ ਦੇ ਵਿੱਚ, ਅਤੇ ਸਾਡੀ ਮਾਫ਼ੀ ਤਾਂ ਗਈ ਢੱਠੇ ਖੂਹ ਦੇ ਵਿੱਚ, ਸਾਡੇ ਕੋਲ ਤਾਂ ਨਾਮ ਹੀ ਕੋਈ ਮੰਗੇ ਕੋਈ ਫਰਕ ਨਹੀਂ ਪੈਂਦਾ। ਔਰ ਇੱਕ ਰਾਜਨੀਤਿਕ ਸਾਜਿਸ਼ ਜਿਹੜੀ ਹੈ ਉਸ ਤਰੀਕੇ ਇੱਕ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰਨਾ, ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 13 ਸਾਲਾਂ ਬਾਅਦ ਇਸ ਵਿਵਾਦ ਦੇ ਵਿੱਚ ਫਿਰ ਬਿਨਾਂ ਮਤਲਬ ਤੋਂ ਘਸੀਟ ਕੇ ਰਾਜਨੀਤਿਕ ਲਾਹਾ ਲੈਣਾ, ਇਹ ਚੀਜ਼ਾਂ ਜਦੋਂ ਮੈਂ ਹੁਣ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗਾ ਅਤੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਬੜੀ ਗੰਭੀਰ ਸਾਜਿਸ਼ ਜਿਹੜੀ ਹੈ ਫਿਰ ਸਿੱਖ ਧਰਮ ਦੇ ਖਿਲਾਫ, ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਹਾਲੇ ਵੀ ਅੱਜ ਜਿਹੜੀ ਹੈ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਵੈਸੇ ਤਾਂ ਜਦੋਂ ਵੀ ਕੋਈ ਲੀਗਲ ਨੋਟਿਸ ਦਿੱਤਾ ਜਾਂਦਾ ਅਤੇ ਉਸ ਵਿਅਕਤੀ ਨੂੰ ਪਤਾ ਹੋਵੇ ਕਿ ਮੈਂ ਗਲਤ ਐਲੀਗੇਸ਼ਨ ਲਗਾਈ ਆ, ਅਤੇ ਬੜੇ ਸਿੰਪਲ ਇਮਾਨਦਾਰੀ ਦੇ ਨਾਲ ਸਾਡੇ ਸ਼ਬਦਾਂ ਦੇ ਵਿੱਚ ਹਮੇਸ਼ਾ ਅਨਕੰਡੀਸ਼ਨਲ ਅਪੋਲੋਜੀ ਜਿਹੜੀ ਹੈ ਉਹ ਟੈਂਡਰ ਕੀਤੀ ਜਾਂਦੀ ਹੈ। ਚਲੋ ਤੁਹਾਡੇ ਕੋਲ ਕੋਈ ਸਬੂਤ ਨਾ ਹੋਵੇ, ਤੁਸੀਂ ਕੋਈ ਜਸਟੀਫਿਕੇਸ਼ਨ ਨਾ ਦੇ ਸਕੋ, ਅਤੇ ਹਮੇਸ਼ਾ ਹੁੰਦਾ ਕਿ ਕਹਿਣ ਵਾਲਾ ਘੱਟੋ ਘੱਟ ਇਸ ਇਮਾਨਦਾਰੀ ਦੇ ਨਾਲ ਗੱਲ ਕਹਿੰਦਾ ਕਿ ਸਾਰਿਆਂ ਨੂੰ ਲੱਗਦਾ ਕਿ ਨਹੀਂ ਜੇ ਗਲਤੀ ਹੋਈ ਹੈ ਤਾਂ ਠੀਕ ਹੈ, ਵਾਕਈ ਉਹਨੇ ਅਪੋਲੋਜਾਈਜ਼ ਕੀਤਾ। ਪਰ ਇੱਥੇ ਅਪੋਲੋਜੀ ਤਾਂ ਦਿੱਤੀ ਹੈ ਕੇਸ ਤੋਂ ਡਰਦਿਆਂ, ਪਰ ਜਿਹੜੇ ਐਂਗਲ ਦਿੱਤੇ ਗਏ ਆ ਉਹਨਾਂ ਤੋਂ ਪਤਾ ਲੱਗਦਾ ਕਿ ਹਾਲੇ ਵੀ ਸਿੱਖ ਧਰਮ ਦੇ ਖਿਲਾਫ ਵੱਡੀ ਸਾਜਿਸ਼ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ। ਜਿਹੜੀ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਹੀ ਜਿਹੜੀ ਹੈ ਮੈਂ ਸਮਝਦਾ ਕਿ ਮਾਫ਼ੀ ਮੰਗ ਕੇ ਫਾਇਦਾ ਸਾਡਾ ਘੱਟ ਕੀਤਾ ਕਿਉਂਕਿ ਸਾਨੂੰ ਆਪਣਾ ਨਹੀਂ ਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਈ ਇਸ ਗੱਲ ਦੀ ਜਿਹਦਾ ਕਿ ਜ਼ਰੂਰੀ ਮੇਰੇ ਕੋਲੋਂ ਕੋਈ ਅਪੋਲੋਜਾਈਜ਼ ਕਰੇ। ਲੇਕਿਨ ਜੋ ਭਾਸ਼ਾ ਇਹਦੇ ਵਿੱਚ ਵਰਤੀ ਗਈ ਹੈ ਉਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲੀ, ਜਿਹਨੂੰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਕਦੀ ਐਕਸੈਪਟ ਕਰ ਸਕਦਾ, ਨਾ ਕੋਈ ਹੋਰ ਹੀ ਗੁਰੂ ਦੇ ਵਿੱਚ ਆਸਥਾ ਰੱਖਣ ਵਾਲਾ ਕੋਈ ਵੀ ਨਾਨਕ ਨਾਮ ਲੇਵਾ ਕਦੀ ਵੀ ਐਕਸੈਪਟ ਕਰ ਸਕਦਾ। ਇਹਦੇ ਵਿੱਚ ਦੇਖੋ ਕਿਹਾ ਕੀ ਜਾ ਰਿਹਾ, ਜਿਹੜਾ ਗੁਰਮੀਤ ਰਾਮ ਰਹੀਮ ਦੇ ਬਾਰੇ 'ਚ ਜਿਹੜਾ ਆਲਰੇਡੀ ਇੱਕ ਰੇਪ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਉਹਦੇ ਬਾਰੇ ਕੀ ਕਹਿ ਰਿਹਾ ਕਿ ਆਈ ਕੰਸਿਡਰ ਹਿਮ ਐਜ ਮਾਈ ਗੁਰੂ ਏ ਟ੍ਰਿਊ ਸੇਂਟ ਐਂਡ ਓਨਲੀ ਆਲਮਾਈਟੀ ਗੋਡ। ਕਿਉਂਕਿ ਜਿਹੜਾ ਸਾਨੂੰ ਜਿਸ ਧਰਮ ਨੂੰ ਤੁਸੀਂ ਲਿਖ ਰਹੇ ਹੋ ਲੈਟਰ, ਇਹ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ, ਸਾਨੂੰ ਜਿਹੜੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਨੇ ਆਲਮਾਈਟੀ ਗੋਡ ਦੀ ਦਿੱਤੀ ਆ ਉਹ ਮੂਲ ਮੰਤਰ ਦੇ ਵਿੱਚ ਦੇ ਦਿੱਤੀ ਆ ਉਹਨਾਂ ਨੇ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸ਼ਾਦ। ਇਸ ਕਰਕੇ ਇੱਥੇ ਉਸ ਵਿਅਕਤੀ ਨੂੰ ਸਾਨੂੰ ਰਿਟਨ ਦੇ ਵਿੱਚ ਨੋਟਿਸ ਦੇ ਵਿੱਚ ਜਵਾਬ ਦੇ ਵਿੱਚ ਦੇਣਾ ਕਿ ਆਲਮਾਈਟੀ ਗੋਡ ਜਿਹੜਾ ਹੈ ਉਹ ਰਾਮ ਰਹੀਮ ਹੈ, ਮੈਂ ਸਮਝਦਾ ਇਸ ਤੋਂ ਵੱਡੀ ਕੋਈ ਜਿਹੜੀ ਹੈ ਭਾਵਨਾ ਨੂੰ ਹਰਟ ਕਰਨ ਵਾਲੀ ਗੱਲ ਸਾਡੇ ਵਾਸਤੇ ਕੋਈ ਹੋਰ ਨਹੀਂ ਹੋ ਸਕਦੀ, ਔਰ ਲਿਖਤੀ ਰੂਪ ਦੇ ਵਿੱਚ ਤੁਸੀਂ ਦੇ ਰਹੇ ਹੋ।
ਸਿੱਖ ਗੁਰੂ ਸਾਹਿਬਾਨਾਂ ਦੀ ਹੋਂਦ ਨੂੰ ਮੰਨ ਕੇ ਅਤੇ ਉੱਤੇ ਤੁਸੀਂ ਇਹ ਕਹਿ ਰਹੇ ਹੋ ਕਿ ਆਲਮਾਈਟੀ ਗਾਡ ਉੱਤੇ ਉਹ ਸੰਤ ਰਾਮ ਰਹੀਮ ਹੈ। ਔਰ ਜਿਹੜੀ ਇਹਦੀ ਭਾਸ਼ਾ ਹੈ ਸਟਾਰਟਿੰਗ ਦੇ ਵਿੱਚ, ਉੱਥੋਂ ਹੀ ਲੱਗਦਾ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਸਾਜਿਸ਼ ਹੈ, ਕਿਉਂਕਿ ਸਟਾਰਟਿੰਗ ਦੇ ਉੱਤੇ ਜਿਸ ਤਰੀਕੇ ਪੈਰਾ 3 ਦੇ ਵਿੱਚ ਜ਼ਿਕਰ ਕੀਤਾ ਗਿਆ, ਆਈ ਕੇਮ ਟੂ ਨੋ ਅਬਾਊਟ ਏ ਪੋਲੀਟੀਸ਼ੀਅਨ ਨੇਮਡ ਸੁਖਬੀਰ ਸਿੰਘ ਬਾਦਲ, ਅਤੇ ਮੈਂ ਉਹਨੂੰ ਕਦੀ ਮਿਲੀ ਨਹੀਂ, ਕਦੀ ਫਿਜ਼ੀਕਲੀ ਦੇਖਿਆ ਨਹੀਂ। ਫਿਰ ਕਈ ਅਕਾਲੀ ਦਲ ਤੁਰੇ ਫਿਰਦੇ ਆ ਇਸ ਤਰ੍ਹਾਂ ਦੀ ਭਾਸ਼ਾ ਹੈ ਇਹਦੇ ਵਿੱਚ। ਮੋਰਓਵਰ ਆਈ ਹੈਵ ਲਿਸਨਡ ਅਬਾਊਟ ਫਾਲੋਇੰਗ ਵੇਰੀਅਸ ਅਕਾਲੀ ਦਲ ਐਂਡ ਸ਼੍ਰੋਮਣੀ ਅਕਾਲੀ ਦਲ ਐਂਡ ਆਈ ਐਮ ਨਾਟ ਪ੍ਰੈਟੀ ਮੱਚ ਸ਼ੋਰ ਦੈਟ ਸੁਖਬੀਰ ਸਿੰਘ ਬਾਦਲ ਇਜ਼ ਐਕਚੁਅਲੀ ਬਿਲੋਂਗ ਟੂ ਵਿੱਚ ਅਕਾਲੀ ਦਲ। ਮਤਲਬ ਕਿਤੇ ਵੀ ਕੋਈ ਇਮਾਨਦਾਰੀ ਦੀ ਸੱਚਾਈ ਦੀ ਨਹੀਂ। ਅਕਾਲੀ ਦਲਾਂ ਦੇ ਨਾਂ ਲਿਖੇ ਆ ਇਹਦੇ 'ਚ, ਟਕਸਾਲੀ ਅਕਾਲੀ ਦਲ ਦਾ ਵੀ ਲਿਖਿਆ, ਯੂਨੀਫਾਈਡ ਅਕਾਲੀ ਦਲ ਦਾ ਵੀ ਲਿਖਿਆ, ਹੋਰ ਵੀ ਅਕਾਲੀ ਦਲਾਂ ਦੇ ਨਾਂ ਲਿਖੇ ਆ। ਉਹ ਤਾਂ ਪਤਾ, ਇਹੋ ਜਿਹੇ ਅਕਾਲੀ ਦਲ ਵੀ ਲਿਖੇ ਜਿਹੜੇ ਸਾਨੂੰ ਵੀ ਨਹੀਂ ਲੱਭਣੇ ਪੈਂਦੇ ਆ, ਪਰ ਸ਼੍ਰੋਮਣੀ ਅਕਾਲੀ ਦਲ ਕੌਣ ਹੈ ਉਹ ਨਹੀਂ ਪਹਿਲਾਂ। ਔਰ ਆਪਣੇ ਹੀ ਨੋਟਿਸ ਦੇ ਵਿੱਚ 12 ਨੰਬਰ ਦੇ ਉੱਤੇ ਜਾ ਕੇ 12ਵੇਂ ਪਹਿਰੇ ਦੇ ਵਿੱਚ ਫਿਰ ਜ਼ਿਕਰ ਵੀ ਹੁੰਦਾ ਕਿ ਦੈਟ ਆਈ ਹੈਵ ਅਬਜ਼ਰਵਡ ਬੀਇੰਗ ਅਲੈਸਟ ਲੀਡਰ ਆਫ ਰੂਲਿੰਗ ਪਾਰਟੀ ਇਨ ਪੰਜਾਬ ਫਰਾਮ 2007 ਟੂ 2017 ਸਰਦਾਰ ਸੁਖਬੀਰ ਸਿੰਘ ਬਾਦਲ ਜੀ ਐਂਡ ਦੇਅਰ ਗੌਰਮੈਂਟ। 12ਵੇਂ ਪਹਿਰੇ 'ਚ ਆ ਕੇ ਲੱਭ ਵੀ ਗਿਆ ਕਿ 2007 ਤੋਂ ਲੈ ਕੇ 2017 ਤੱਕ ਜਿਹੜਾ ਰਾਜ ਸੀ ਪੰਜਾਬ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਉਹਦੇ ਵਿੱਚ ਸੀ। ਪਰ ਸਟਾਰਟਿੰਗ ਦੇ ਵਿੱਚ ਜਿਹੜੀ ਹੈ ਉੱਥੋਂ ਹੀ ਲੱਗਦਾ ਹੈ ਕਿ ਜਿਹੜੇ ਸਾਡੇ ਵਿਰੋਧੀ ਹੈ ਉਹਨਾਂ ਦਾ ਹੱਥ ਜਿਹੜਾ ਇਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਅਕਾਲੀ ਦਲ ਨੂੰ ਹੀ, ਸਾਡੀ ਲੀਡਰਸ਼ਿਪ ਨੂੰ ਹੀ ਇਸ ਤਰੀਕੇ ਜਿਹੜੀ ਹੈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਹੜੇ ਅਕਾਲੀ ਦਲ ਹੈ, ਕਈ ਅਕਾਲੀ ਦਲ ਇੱਥੇ ਤੁਰੇ ਫਿਰਦੇ ਆ। ਚਲੋ ਖੈਰ, ਇਸ ਗੱਲ 'ਤੇ ਸਾਨੂੰ ਉਹਨਾਂ ਦਾ ਆਪਣਾ ਵੇ ਆਫ ਐਕਸਪ੍ਰੈਸ਼ਨ ਹੈ, ਪਰ ਇੱਥੇ ਆਪਣਾ ਹੀ ਸਵੈ ਵਿਰੋਧੀ ਜਿਹੜੇ ਗੱਲਾਂ ਲਿਖ ਕੇ ਕਿ ਇੱਕ ਥਾਂ 'ਤੇ ਤੁਸੀਂ ਗੌਰਮੈਂਟ ਦਾ ਵੀ ਜ਼ਿਕਰ ਕਰ ਰਹੇ ਹੋ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਹਦੇ ਵਿੱਚ ਸ਼ਮੂਲੀਅਤ ਦਾ ਜ਼ਿਕਰ ਕਰ ਰਹੇ ਹੋ, ਅਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਂ ਉਹਨੂੰ ਜਾਣਦੇ ਨਹੀਂ, ਕਦੀ ਮੈਂ ਦੇਖਿਆ ਨਹੀਂ, ਕਦੀ ਮੈਂ ਸੁਣਿਆ ਨਹੀਂ। ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਲਿਖੀਆਂ ਜਾਂਦੀਆਂ। ਔਰ ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ 11 ਪਹਿਰੇ ਦੇ ਵਿੱਚ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਲਵੇਜ਼ ਐਕਸਪ੍ਰੈਸਡ ਹਿਜ ਐਨੀਮਸਟੀ ਬਿਹੇਵੀਅਰ ਵਿਦ ਦੀ ਫਾਰਮਰ, ਸੋ ਦੀ ਐਨੀਮੇਸੀ ਐਕਟ ਆਫ ਸੈਂਡਿੰਗ ਏ ਕ੍ਰਿਮੀਨਲ ਡੈਫਮੇਸ਼ਨ ਨੋਟਿਸ ਟੂ ਏ ਕਾਮਨ ਸਿਟੀਜ਼ਨ, ਕਿ ਸਾਡੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਬੜੀ ਪੱਕੀ ਦੁਸ਼ਮਣੀ ਹੈ, ਕਿ ਉਹ ਰਾਮ ਰਹੀਮ ਦੇ ਖਿਲਾਫ ਹੈ ਪੱਕੇ ਤੌਰ 'ਤੇ। ਇਸ ਕਰਕੇ ਔਰ ਸਟਾਰਟਿੰਗ ਜਿਹੜੀ ਹੈ ਉਹ ਹੋਰ ਲਹਿਜੇ ਦੇ ਨਾਲ ਕੀਤੀ ਗਈ ਹੈ, ਬਾਅਦ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ। ਲੇਕਿਨ ਕਿਤੇ ਵੀ ਜਿਹੜੀ ਹੈਗੀ ਹੈ ਜਿਹੜੀ ਗੱਲ ਐਲੀਗੇਸ਼ਨ ਲਾਈ ਗਈ ਸੀ ਇੰਟਰਵਿਊ ਦੇ ਵਿੱਚ ਉਹਨੂੰ ਆਪਣੀ ਜਸਟੀਫਿਕੇਸ਼ਨ ਨਹੀਂ ਦੇ ਸਕੇ। ਸ਼ਸ਼ੀ ਕਾਂਤ ਦਾ ਨਾਂ ਲੈ ਕੇ ਵਾਰ ਵਾਰ ਫਿਰ ਗੱਲ ਰਿਪੀਟ ਕੀਤੀ ਗਈ ਹੈ, ਜਦੋਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਬਕਾ DGP ਸ਼ਸ਼ੀ ਕਾਂਤ ਨੇ ਔਨ ਰਿਕਾਰਡ ਆ ਕੇ ਟੈਲੀਵਿਜ਼ਨ ਚੈਨਲ ਦੇ ਉੱਤੇ ਡਿਨਾਈ ਕਰ ਦਿੱਤਾ ਸੀ ਕਿ ਮੈਂ ਕਦੀ ਵੀ ਇਹ ਐਲੀਗੇਸ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਨਹੀਂ ਲਾਈ। ਲੇਕਿਨ ਸਭ ਤੋਂ ਜਿਹੜੀ ਦੁਖਦਾਈ ਗੱਲ ਕਿਹੜੀ ਹੈ ਉਹ ਮੈਂ ਤੁਹਾਨੂੰ ਪੜ੍ਹਨ ਲੱਗਿਆ ਕਿ ਜਿਹਨੂੰ ਕੋਈ ਸਿੱਖ ਸੁਣ ਵੀ ਨਹੀਂ ਸਕਦਾ, ਐਡੀ ਸੀਰੀਅਸ ਗੱਲ ਆ, ਕਿ ਹੈਂਕੜਬਾਜ਼ੀ ਦੇਖੋ ਲਿਖਣ ਵਾਲਿਆਂ ਦੀ ਕਿ ਕਿਸ ਤਰੀਕੇ ਜਿਹੜਾ ਹੈਗਾ ਉਹ ਗੁਰੂਆਂ ਨੂੰ ਸੰਬੋਧਨ ਕਰ ਰਿਹਾ। ਇਹਦੇ ਵਿੱਚ 17 ਪਹਿਰੇ ਦੇ ਵਿੱਚ ਜ਼ਿਕਰ ਹੈ ਦੈਟ ਦੀ ਐਕਟ ਆਫ ਡੂਇੰਗ ਇੰਟੈਂਸ਼ਨਲ ਕੰਪੈਰੀਜ਼ਨ ਆਫ ਹਿਜ ਹੋਲੀਨੈਸ ਮਾਈ ਗੁਰੂ ਜੀ, ਆਫ ਹਿਜ ਹੋਲੀਨੈਸ ਮਾਈ ਗੁਰੂ ਜੀ ਰਾਮ ਰਹੀਮ, ਜਿਹੜਾ ਰੇਪ ਦੇ ਮੁਕੱਦਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਯਾਪਤਾ, ਦੈਟ ਦੀ ਐਕਟ ਆਫ ਡੂਇੰਗ ਇੰਟੈਂਸ਼ਨਲ ਕੰਪੈਰੀਜ਼ਨ ਆਫ ਹਿਜ ਹੋਲੀਨੈਸ ਮਾਈ ਗੁਰੂ ਜੀ ਵਿਦ ਹਿਜ ਹੋਲੀਨੈਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਜ਼ ਦੀ ਐਕਚੁਅਲ ਅਲੈਜਡ ਬਲੈਸਫੈਮਸ ਐਕਟ। ਜਿਹੜਾ ਸਿੱਖ ਕੌਮ ਨੇ ਇਤਰਾਜ਼ ਕੀਤਾ ਸੀ ਕਿ ਉਹਨੇ ਪੁਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਬਰਾਬਰੀ ਕੀਤੀ ਹੈ, ਇਸ ਗੱਲ ਦੇ ਉੱਤੇ ਜਿਹੜੀ ਹੈ ਸਾਡੇ ਲੋਕਾਂ ਨੇ ਉਹਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਕਿ ਉਹ ਪੁਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਨੋਟਿਸ ਦੇ ਵਿੱਚ ਕੀ ਕਹਿ ਰਿਹਾ
कि साढ़े गुरु के नाल गुरु गोबिंद सिंह का मुकाबला करना ब्लैसफेमस है। इस तो वड्डा हंकार भी किसी को हो सकता, इस तो वड्डी ब्लैसफेमी भी कोई हो सकती है। विच हैज़ बीन इंटेंशनली इग्नोर्ड इन द इनवैसटीगेशन। ये कहते कि इस चीज़ की जांच करनी की जानी चाहिए सी कि साढ़े गुरु के नाल गुरु गोबिंद सिंह का मुकाबला कितना किया गया। कोई सोच सकते कि कोई जो नॉर्मल बंदा एहो जी गल जी है लिखती रूप के गुरु गोबिंद सिंह के बारे च अज के समय के भी कर सकता। हुणे देखो कि साढ़े को माफ़ी मंगी गई है कि साड़िया जख्मां नूं जिहड़ा हैगा चंगी तरह मरचा पाइया गई। कल्ला गुरु गोबिंद सिंह जी के बारे च ये लफ्ज़ नहीं लिखे गए, जिहड़ा गुरु नानक देव जी के नाल 19 पहरे के जिहड़ा कंपैरिजन किया गया, इन ए सिमिलर कंसैप्ट एज हिज होलीनैस श्री गुरु नानक देव जी हैज ब्लैस्ड गैनिका ए प्रोस्टीट्यूट, माई गुरु जी हैज मोटिवेटेड यंगस्टर टू रेस्क्यू एंड रीहेबिलिटेट द डेस्टिट्यूट फीमेल अंगेज इन फोर्स्ड प्रोस्टीट्यूशन। कि जिस तरीके गैनिका नू गुरु नानक देव जी ने ब्लैस किया सी, इसे तरह ही जिहड़ा राम रहीम जिन्हू वो अपना गुरु कह रहे वार वार, सानू तो शर्म आती है कि तुसी मुकाबला कर रहे हो गुरु नानक देव जी के नाल, और जेडे उदे पाप है जेडे माड़े काम उन्हें किते उन्होंने जी सज़ा हुई जेल हुई उन्हू तुसी जस्टिफाई करने वास्ते कि उदा वो काम ठीक है उन्हू तुसी कंपेयर कर रहे हो गुरु नानक साहब नाल। हालांकि गुरु नानक साहब का और गणकर नू ब्लैस करने का सीधा रैफरेंस किते भी सिख स्क्रिप्चर्स दे विच नहीं आता। गुरबाणी दे विच पुरानी जड़ियां गथावां ने पुराने ग्रंथों दे विच लिखियां उदा हवाला दे के जड़े कोई शब्द गुरबाणी दे विच थां थां ते आउंदे आ, लेकिन सीधा गुरु साहब ने किसे गणकर नू इस तरीके ब्लैस किया होवे जिहड़ी वेसवा सी इहदा जिक्र नहीं आता। वैसे हवाले गुरबाणी दे विच है ने अजामल गणिका जे सिमरत मुक्त भय जी जानो, होर भी जिहड़ी आ अगे जा के कुछ हवाले आउंदे आ, सूआ पढ़ावत गणका तरी जाको सिमर अजामल उधरियो गणका हू गत पाई रहाओ। लेकिन जो इत्थे मैंशन किया गया कि गुरु नानक साहब दे नाल जिहड़े पाप गुरमीत राम रहीम ने किते आ उन्हों कंपेयर करके ये मैं समझदा बहुत वड्डा गुनाह आ, बजर गुनाह आ, और ये सारे सिख कौम दीआं भावनावां हर्ट करने वाली गल। इस करके एक तो प्रधान श्रोमणी अकाली दल का फैसला कि असी पार्टी वालों कल तो सारे जिहड़े जिलों के असी जिहड़े हैगे आ 295A दे अंदर इन्हां दे खिलाफ जिहड़े आ बीबी वीरपाल कौर दे खिलाफ 295A दे तहत क्रिमिनल फौजदारी केस रजिस्टर करने वास्ते एप्लीकेशन दिया, उसी कल ड्राफ्ट कर लाँगे सारे जिले के असी साढ़े लीडर जिहड़े आ वो देंगे, क्योंकि ये चीज़ां कभी भी बर्दाश्त नहीं कीतियां जा सकदियां। लेकिन सब तो वड्डी गल है कि जिहड़ी डेरा भी इनू एक पासे लैटर लिख के डिसओन कर रहा, फिर किहड़ियां शक्तियां ने जिहड़ियां इनू लिया लिया के टैलीविजन ते पेश कर करके इस बीबी नू इंटरव्यूआं करा रही ने, वो पिछे कौन ने जिहड़े मंत्री पंजाब सरकार दे कैबिनेट मंत्री रंधावा साहब ते जिहड़े जाखड़ साहब इंटरव्यूआं करके सपोर्ट कर रहे आ, वह किस बेस के उत्ते इन्हां चीज़ां की जिहड़ी है, मैं उन्हां तों अज पुछना चाहुंदा कि इहदा जवाब दिओ सानू कि तुसीं बड़ी हिक ठोक के आके उदों नाल पिछे वकालत की है ते हुण दसो भी आ जो कुछ उन्होंने लिख के भेजिया इहदे विच तुहाडा जवाब की है। इसलिए ये मैं समझदा बड़ा गंभीर मसला, बड़ी गंभीर साजिश आ, पर इनू श्रोमणी अकाली दल लॉजिकल एंड तक लैके जाएगा कि फौजदारी केस भी करावांगे और इहदे पिछे साजिश की है उन्होंने भी बेनकाब करने वास्ते असी सारी जिहड़ी आ वो कोशिश जिहड़ी आ करांगे। ये श्रोमणी अकाली दल का फैसला इस करके अचानक तुहानू सारिआं नू खिचल दित्ती है। कोई होर इस तों इलावा किसी का कोई क्वेश्चन होवे ओ मैं ਤੁਸੀਂ ਵੀਰਪਾਲ ਕੌਰ ਨੂੰ ਇਹ ਕਿਹਾ ਸੀ ਕਿ ਜੀ ਮੈਂ ਸਾਹਿਬ ਤੁਸੀਂ ਵੀਰਪਾਲ ਕੌਰ ਕੋਲ ਇਹ ਦੋ ਦਿਨ ਦੇ ਵਿੱਚ ਜਵਾਬ ਮੰਗਿਆ ਸੀ ਕਿ ਤੁਸੀਂ ਜਿਹੜੀ ਇੰਟਰਵਿਊ ਦੇ ਵਿੱਚ ਬੋਲਿਆ ਹੈ
ਉਸਦੇ ਉੱਪਰ ਮਾਫੀ ਮੰਗੀ ਜਾਏ, ਨਹੀਂ ਤੇ ਅਗਲੀ ਕਾਰਵਾਈ ਕਰਾਂਗੇ। ਮਾਫੀ ਤਾਂ ਉਹਨਾਂ ਨੇ ਮੰਗ ਲਈ, ਪਰ ਇੰਨੀਆਂ ਲੰਬੀਆਂ ਚੁੜੀਆਂ ਗੱਲਾਂ ਲਿਖਣ ਦਾ ਕਾਰਨ ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਨਹੀਂ, ਮੈਂ ਇਹ ਕਹਿਣਾ ਵੀ ਉਸ ਮਾਫੀ ਨੂੰ ਕੀ ਕਹੀਏ, ਸਾਨੂੰ ਆਪਣੀ ਮਾਫੀ ਦੇਣੀ ਜੇ ਸਾਡੇ ਗੁਰੂਆਂ ਦਾ ਹੀ ਤੁਸੀਂ ਅਪਮਾਨ ਕਰਨਾ ਨੋਟਿਸ ਦੇ ਵਿੱਚ, ਤੇ ਸਾਡੀ ਮਾਫੀ ਤਾਂ ਗਈ ਢੱਠੇ ਖੂਹ ਦੇ ਵਿੱਚ। ਸਾਡੇ ਕੋਲ ਤਾਂ ਨਾਂ ਵੀ ਕੋਈ ਮੰਗੇ ਕੋਈ ਫਰਕ ਨਹੀਂ ਪੈਂਦਾ, ਪਰ ਕੀ ਤੁਹਾਨੂੰ ਗੁਰੂਆਂ ਬਾਰੇ ਇਹ ਗੱਲਾਂ ਕਹਿਣ ਦੀ ਅਸੀਂ ਇਜਾਜ਼ਤ ਦੇ ਸਕਦੇ ਹਾਂ? ਮਸਲਾ ਇਹ ਹੈ, ਜਿਸ ਤਰ੍ਹਾਂ ਤੁਸੀਂ ਚੀਮਾ ਸਾਹਿਬ, ਜਿਸ ਤਰ੍ਹਾਂ ਤੁਸੀਂ ਇੱਕ ਸਾਜ਼ਿਸ਼ ਮਤਲਬ ਪਿੱਛੇ ਵੀ ਇਸ ਦੇ ਪਾਰਟੀ ਦਾ ਵੀ ਨਾਮ ਲਿਤਾ ਹੈਗਾ ਕਿ ਇਸ ਦੇ ਪਿੱਛੇ ਸਾਜ਼ਿਸ਼ ਵੀ ਹੈਗੀ ਹੈ, ਤੇ ਇਹਦੇ ਵਿੱਚ ਚਾਹੇ ਗੁਰੂ ਗੋਬਿੰਦ ਸਿੰਘ ਜੀ ਹੋਣ ਜਾਂ ਗੁਰੂ ਨਾਨਕ ਦੇਵ ਜੀ ਹੋਣ, ਤੇ ਉਹਨਾਂ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ, ਤੇ ਲੱਗਦਾ ਨਹੀਂ ਕਿ ਸਿੱਧਾ ਸਿੱਧਾ ਇਹ ਜਿਹੜੀ ਸਿੱਖ ਕੌਮ ਹੈਗੀ ਹੈ ਇਹਦੇ ਤੇ ਹਮਲਾ ਹੈ? ਨਹੀਂ, ਮੈਂ ਇਸ ਤੋਂ ਵੱਡਾ ਕੀ ਹੋ ਸਕਦਾ ਹਮਲਾ? ਮੈਂ ਤਾਂ ਕਹਿ ਰਿਹਾ ਨਾ ਕਿ ਉਹ ਕਹਿ ਰਿਹਾ ਕਿ ਸਾਡੇ ਜਿਹੜੀ ਹੈ, ਮੈਂ ਤਾਂ ਉਹਨਾਂ ਦੀ ਲਿਖੀ ਲਾਈਨ ਤੁਹਾਨੂੰ ਦੁਬਾਰਾ ਪੜ੍ਹ ਦੇਣਾ, ਸ਼ਾਇਦ ਕਿਸੇ ਨੂੰ ਨਾ ਜੇ ਹੋਏ ਤੇ, ਦੈਟ ਦੀ ਐਕਟ ਆਫ ਡੂਇੰਗ ਇੰਟੈਂਸ਼ਨਲ ਕੰਪੈਰੀਜ਼ਨ ਆਫ ਹਿਜ ਹੋਲੀਨੈਸ ਮਾਈ ਗੁਰੂ ਜੀ ਵਿਦ ਹਿਜ ਹੋਲੀਨੈਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮੇਰੇ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ, ਇਹ ਬਲਾਸਫੈਮਸ ਹੈ, ਇਹ ਨਿਰਾਦਰ ਹੈ। ਅਤੇ ਇਸ ਤੋਂ ਮਾੜੀ ਗੱਲ ਕੀ ਹੈ, ਇਹਨਾਂ ਨੂੰ ਭਾਸ਼ਾ ਤਾਂ ਨਹੀਂ ਪਤਾ ਕਿ ਕੀ ਵਰਤਣੀ ਚਾਹੀਦੀ, ਕੀ ਇਹ ਸਾਜ਼ਿਸ਼ ਨਹੀਂ ਹੈ? ਮੈਂ ਤਾਂ ਹੈਰਾਨ ਹਾਂ ਨਾ ਕਿ ਜਿਨ ਬੰਦੇ ਨੂੰ ਸਜ਼ਾ ਹੋਈ ਹੈ ਰੇਪ ਦੇ ਵਿੱਚ, ਉਹ ਵੀ ਹਿਜ ਹੋਲੀਨੈਸ, ਤੇ ਉੱਧਰ ਗੁਰੂ ਗੋਬਿੰਦ ਸਿੰਘ ਵੀ ਹਿਜ ਹੋਲੀਨੈਸ, ਉੱਧਰ ਗੁਰੂ ਨਾਨਕ ਸਾਹਿਬ ਵੀ ਹਿਜ ਹੋਲੀਨੈਸ, ਤੇ ਉੱਧਰ ਫਿਰ ਉਹੀ ਹਿਜ ਹੋਲੀਨੈਸ। ਇੱਕ ਚੀਮਾ ਸਾਹਿਬ, ਅੱਜ ਯੂਥ ਕਾਂਗਰਸ ਦੇ ਜਿਹੜੇ ਅਲੱਗ ਅਲੱਗ ਜ਼ਿਲ੍ਹਾ ਪ੍ਰਧਾਨ ਨੇ, ਉਹਨਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਹੈਗੀ ਹੈ ਆਪਣੀ ਫੇਸਬੁੱਕ ਦੇ ਉੱਤੇ, ਉਹਦੇ ਵਿੱਚ ਵੀ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਹਾਂਜੀ ਜਿਸ ਤਰ੍ਹਾਂ ਅੱਜ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਫੇਸਬੁੱਕ ਤੇ, ਉਹਦੇ ਤੇ ਅਕਾਲੀ ਦਲ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਬਾਬੇ ਦੇ ਨਾਲ ਗੁਰਮੀਤ ਰਾਮ ਰਹੀਮ ਦੇ ਨਾਲ ਅਕਾਲੀ ਦਲ ਨੇ ਪੀਂਘਾਂ ਪਾਈਆਂ। ਦੇਖੋ, ਮੈਂ ਸਮਝਦਾ ਕਿ ਅਕਾਲੀ ਦਲ ਦੇ ਖਿਲਾਫ, ਕਿਉਂਕਿ ਇਲੈਕਸ਼ਨ ਨੇੜੇ ਆ ਗਈ, ਗੌਰਮੈਂਟ ਟੋਟਲੀ ਫੇਲ ਹੋ ਗਈ, ਇੱਕ ਪੈਸੇ ਦੀ ਪਰਫੋਰਮੈਂਸ ਨਹੀਂ ਹੈ, ਇਸ ਕਰਕੇ ਧਾਰਮਿਕ ਤੌਰ ਦੇ ਉੱਤੇ ਸਾਜ਼ਿਸ਼ ਫਿਰ ਸ਼ੁਰੂ ਹੋ ਗਈ, ਔਰ ਇਹ ਉਹਨਾਂ ਚੀਜ਼ਾਂ ਦਾ ਹੀ ਹਿੱਸਾ, ਕਿਤੇ ਵੀਡੀਓ ਪਾਉਣੀਆਂ, ਕਿਤੇ ਇੰਟਰਵਿਊਆਂ ਕਰਾਉਣੀਆਂ, ਕਿਤੇ ਬਾਕੀ ਕੁਛ ਕਰਨਾ, ਇਹ ਸਾਰਾ ਪਲੈਨਡ ਹੋ ਰਿਹਾ। ਪਰ ਮੈਂ ਗੌਰਮੈਂਟ ਨੂੰ ਕਹਿਣਾ ਚਾਹੁੰਦਾ ਕਿ ਇਹ ਨਾ ਜਿਹੜੀ ਹੈਗੀ ਹੈ ਸੂਬੇ ਦੇ ਹਿੱਤ ਦੇ ਵਿੱਚ ਹੈ, ਨਾ ਲੋਕਾਂ ਦੇ ਹਿੱਤ ਵਿੱਚ ਹੈ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਹੈ ਕਿ 295 ਦਾ ਅਸੀਂ ਮਾਮਲਾ ਦਰਜ ਕਰਵਾਵਾਂਗੇ ਗਵਰਨਮੈਂਟ ਤੇ, ਉਹਨਾਂ ਦਾ ਧਿਆਨ ਡਾਇਵਰਟ ਕੀਤਾ ਜਾ ਰਿਹਾ ਹੈਗਾ ਵੀ ਸਾਰਾ, ਚਾਹੇ ਉਹ ਸ਼ਰਾਬ ਸਕੈਮ ਹੋਵੇ, ਫੂਡ ਸਕੈਮ ਹੋਵੇ ਜਾਂ ਦੂਸਰੇ ਜਿਹੜੇ ਸਕੈਮ ਹੋਏ ਨੇ, ਵੀ ਲੋਕਾਂ ਦਾ ਧਿਆਨ ਧਾਰਮਿਕ ਮੁੱਦਿਆਂ ਤੇ ਲਾ ਕੇ ਉਧਰ ਨੂੰ ਡਾਇਵਰਟ ਕਰ ਦਿੱਤਾ ਜਾਵੇ। ਜਾਖੜ ਸਾਹਿਬ ਨੂੰ ਹੋਲਸੋਲ ਜ਼ਿੰਮੇਵਾਰੀ ਇਸੇ ਗੱਲ ਦੀ ਉਹ ਦਿੱਤੀ ਗਈ ਹੈ ਕਿ ਸਾਰਾ ਦਿਨ ਕੂੜ ਤੇ ਝੂਠ ਤੇ ਸਾਜ਼ਿਸ਼ਾਂ ਰਚ ਕੇ ਤੇ ਅਕਾਲੀ ਦਲ ਦੀ ਤੇ ਸਿੱਖ ਲੀਡਰਸ਼ਿਪ ਦੀ ਬਦਨਾਮੀ ਕਰਨੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹਮਲੇ ਕਰਨੇ, ਇੱਕ ਟਾਸਕ, ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਸਾਰਾ। ਇਹੀ ਮੈਂ ਕਹਿ ਰਿਹਾ ਕਿ ਇਹ ਚੀਜ਼ਾਂ ਆਈਸੋਲੇਸ਼ਨ ਦੇ ਵਿੱਚ ਨਹੀਂ ਦੇਖੀਆਂ ਜਾ ਸਕਦੀਆਂ, ਇੱਕ ਪੂਰਾ ਇੱਕ ਲਗਾਤਾਰ ਕੜੀ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇੱਕ ਵਾਰੀ ਚੱਲ ਗਿਆ ਇਹ ਕੰਮ, ਪਿਛਲੀ ਵਾਰੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਕੱਠੇ ਹੋ ਕੇ ਕਰ ਲਿਆ। ਅੱਜ ਮੈਂ ਇਹਨਾਂ ਦੀ ਸਾਰਿਆਂ ਲੀਡਰਸ਼ਿਪ ਨੂੰ ਪੁੱਛਦਾ ਨਾ ਕਿ ਆਹ ਜਿਹੜੀਆਂ ਗੱਲਾਂ ਨੇ ਇਹਨਾਂ ਹੁਣ ਜਵਾਬ ਦੇਣ ਜਾਖੜ ਸਾਹਿਬ, ਵੀ ਕੌਣ ਇਹਨਾਂ ਦੇ ਪਿੱਛੇ ਆ ਕਿ ਇੱਦਾਂ ਕਿਸੇ ਦੀ ਹਿੰਮਤ ਪੈ ਸਕਦੀ ਹੈ? ਚੀਮਾ ਸਾਹਿਬ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹੋਰਾਂ ਦੇ ਉੱਤੇ ਰਚੀ ਜਾ ਰਹੀ ਹੈ, ਤੁਸੀਂ ਜਿਹੜਾ 295 ਏ ਕੇਸ ਦੀ ਗੱਲ ਕਰ ਰਹੇ ਹੋ, ਉਹ ਹੁਣ ਸਿਰਫ ਵੀਰਪਾਲ ਕੌਰ ਦੇ ਕੰਮਤੀ ਕਰਵਾਓਗੇ ਜਾਂ ਤੁਸੀਂ ਨਾਮ ਲਿਖੇ ਲੈ ਲਓ ਨੀਲ ਜਾਖੜ, ਸੁਖਿੰਦਰ ਰੰਧਾਵਾ ਇਹਨਾਂ ਦੇ ਖਿਲਾਫ ਵੀ ਮਤੇ? ਨਹੀਂ, ਪਹਿਲਾਂ ਤਾਂ ਜੋ ਸਾਡੇ ਕੋਲ, ਸਾਡੇ ਸਾਹਮਣੇ ਜਿਹੜੀ ਬਲੈਸਫੈਮੀ ਹੋਈ ਆ, ਜਿਹੜੀ ਭਾਵਨਾ ਦੇ ਨਾਲ ਖਿਲਵਾੜ ਹੋਇਆ, ਜਿਹੜੀਆਂ ਭਾਵਨਾਵਾਂ ਹਰਟ ਹੋਈਆਂ, ਪਹਿਲਾਂ ਤਾਂ ਅਸੀਂ ਇਹਨਾਂ 'ਤੇ ਕਰਾਵਾਂਗੇ। ਇਹ ਲੀਗਲ ਟੀਮ ਸਾਡੀ ਲੱਗੀ ਹੋਈ ਹੈ ਡਰਾਫਟ ਕਰਨ ਵਾਸਤੇ, ਪਹਿਲਾਂ ਤਾਂ ਅਸੀਂ ਇਹਨਾਂ 'ਤੇ ਕਰਾਵਾਂਗੇ, ਪਰ ਅਸੀਂ ਚਾਹਾਂਗੇ ਕਿ ਇਹ ਸਾਜ਼ਿਸ਼ ਸਾਰੀ ਜਿਹੜੀ ਹੈ ਬੇਨਕਾਬ ਹੋਵੇ, ਕਿ ਇਲੈਕਸ਼ਨਾਂ ਦੇ ਵਾਸਤੇ ਵਾਰ ਵਾਰ ਜਿਹੜੀ ਹੈਗੀ ਹੈ ਗੁਰੂਆਂ ਦੇ ਇਸ ਹੱਦ ਤੱਕ ਜਿਹੜੀ ਹੈਗੀ ਹੈ ਗੱਲਾਂ ਉੱਠਣੀਆਂ, ਇਹ ਕਿਸੇ ਵੀ ਤਰੀਕੇ ਜਿਹੜੀਆਂ ਹੈਗੀਆਂ ਕਿਸੇ ਸੱਭਿਅਕ ਸਮਾਜ ਦੇ ਵਿੱਚ ਕਦੀ ਵੀ ਠੀਕ ਨਹੀਂ ਠਹਿਰਾਈਆਂ ਜਾ ਸਕਦੀਆਂ, ਇਹ ਕਿਸੇ ਸੂਬੇ ਦੇ ਹਿੱਤ ਦੇ ਵਿੱਚ ਨਹੀਂ ਹੈ। ਡਾਕਟਰ ਸਿੰਘ ਜੀ, ਤੁਸੀਂ ਸਮਝਦੇ ਹੋ ਕਿ ਜਿਹੜੇ ਹਿਸਾਬ ਦੇ ਨਾਲ ਪਹਿਲਾਂ ਵਾਲਾ ਮਸਲਾ ਹੋਇਆ, ਹੁਣ ਇਹ ਮਾਫੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ
ਸੰਸਦ ਨੂੰ ਆਪਦੇ ਨੂੰ ਹੱਲ ਕੀਤਾ ਜਾ ਸਕੇ ਕਿ ਅਸਲ ਜਿਹੜੀਆਂ ਚੀਜ਼ਾਂ ਨੇ ਹੈਗੀਆਂ ਸਰਕਾਰ ਦੀ ਕੋਈ ਗੱਲ ਹੋਵੇ ਵੀ ਕੀ ਕੁਛ ਕੀਤਾ ਉਹਨਾਂ ਨੇ ਜਾਂ ਨਹੀਂ ਕੀਤਾ ਹੈਗਾ ਫਿਰ ਮਾਫ਼ੀ ਦੇ ਵਿੱਚ ਇੱਕ ਨਵਾਂ ਮਸਲਾ ਖੜਾ ਕਰ ਦੇਣਾ ਨਹੀਂ ਮੈਂ ਤੁਹਾਨੂੰ ਕਹਿਣਾ ਕਿ ਇਹ ਲੀਗਲ ਲੈਂਗੁਏਜ ਨਹੀਂ ਹੈਗੀ ਕਦੀ ਵੀ ਇਸ ਤਰ੍ਹਾਂ ਦੀ ਬੜੇ ਨੋਟਿਸ ਅੱਗੇ ਵੀ ਤੁਸੀਂ ਵੀ ਦੇਖੇ ਆ ਬੜਾ ਤੁਹਾਡਾ ਸਾਰਿਆਂ ਦਾ ਤਜਰਬਾ ਕਿ ਵਿੱਚ ਪੋਲੀਟੀਕਲ ਕਟਾਕਸ਼ ਵੀ ਕੀਤੇ ਜਾ ਰਹੇ ਆ ਠੀਕ ਹੈ ਨਾ ਅਕਾਲੀ ਦਲ ਵੀ ਦਿਖਾਏ ਜਾ ਰਹੇ ਆ ਵੀ ਅਕਾਲੀ ਦਲ ਤਾਂ ਕੋਈ ਨਾ ਅਕਾਲੀ ਦਲਾਂ ਦੇ ਵਿੱਚੋਂ ਹੀ ਇੱਕ ਅਕਾਲੀ ਦਲ ਆ ਠੀਕ ਹੈ ਨਾ ਮੇਨ ਪਾਰਟੀ ਨੂੰ ਕਿਸ ਤਰੀਕੇ ਪੇਸ਼ ਕੀਤਾ ਜਾ ਰਿਹਾ ਅਕਾਲੀ ਲੀਡਰਸ਼ਿਪ ਨੂੰ ਸਟਾਰਟਿੰਗ ਦੇ ਉੱਤੇ ਕਿਸ ਤਰੀਕੇ ਪੇਸ਼ ਕੀਤਾ ਜਾ ਰਿਹਾ ਔਰ ਪਿੱਛੇ ਜਾ ਕੇ ਜਿਹੜੇ ਆ ਬੜੇ ਗੰਭੀਰ ਧਾਰਮਿਕ ਹਮਲੇ ਕੀਤੇ ਜਾ ਰਹੇ ਆ ਇਸ ਕਰਕੇ ਇਹ ਦੋਨੇ ਚੀਜ਼ਾਂ ਇਕੱਠੀਆਂ ਦੇਖਣੀਆਂ ਪੈਣਗੀਆਂ ਤੁਹਾਨੂੰ ਹਾਂਜੀ ਕੁਐਸਚਨ ਰਿਪੀਟ ਕਰੋਗੇ ਜਰਾ ਨਹੀਂ ਪਹਿਲਾਂ ਤਾਂ ਅਸੀਂ ਜਾਵਾਂਗੇ ਜਿਹੜਾ ਤਰੀਕਾ ਹੈਗਾ ਕਿ ਜਾ ਕੇ ਐਸਐਸਪੀਆਂ ਨੂੰ ਅਸੀਂ ਦਿਆਂਗੇ ਕਿ ਇਹਦੇ ਉੱਤੇ ਪਰਚੇ ਦਰਜ ਕੀਤੇ ਜਾਣ ਉਸ ਤੋਂ ਬਾਅਦ ਜੇ ਨਹੀਂ ਕਰਨਗੇ ਫਿਰ ਅਗਲਾ ਪਾਰਟੀ ਦੀ ਕੋਰ ਕਮੇਟੀ ਉੱਤੇ ਫੈਸਲਾ ਕਰੇਗੀ डेरा सच्चा सौदा की लीगल यूनिट के लोग आए थे और पंजाब की जो उनकी पॉलिटिकल यूनिट है उसके भी लोग थे तो उन्होंने कहा कि जी जो हमने 2017 के चुनाव थे उसमें हमने खुलकर अकाली दल बीजेपी का जो गठबंधन था उसको हमने सपोर्ट कर दिया इस वजह से हमें पंजाब सरकार अब इस पूरे मामले में फंसा रही है लेकिन आपकी बातों से निकल रहा है कि आप ये कह रहे हैं कि कांग्रेस डेरा सच्चा सौदा के कुछ लोगों का इस्तेमाल करके अकाली दल को डिफेम कर रही है धर्म के नाम पर सुखबीर बादल को टारगेट कर रही है तो क्या इन फ्यूचर में अगर डेरा सच्चा सौदा कभी वॉलंटरी उनकी एक पॉलिटिकल यूनिट है वो हर इलेक्शन से पहले पंजाब इलेक्शन से पहले सपोर्ट करने का ऐलान करती है अगर वो कहते हैं कि हम अभी भी सपोर्ट करेंगे अकाली दल को तो क्या आप लोग एक्सेप्ट करेंगे या आप मानते हैं कि वो साजिश कर रहे हैं तो उनसे अब किसी तरह का कोई मतलब नहीं आता देखो मैं बड़ा क्लीयर कट कहना कि साडे वास्ते गुरु साहिबान पहला राजनीति बाद चा राजनीति बहुत छोटी जिहड़ी खेड है लेकिन धर्म का इस तरीके अपमान होना एक किसी भी तरीके सहन नहीं किया जा सकता पहला भी जड़ियाँ गल्लां उहदे च इंटरव्यू च कीतियां गईयां गलत सीगियां तुसीं इह देखोगे साडा रिजल्ट की सी 2017 दा ते जिन्हां सीटां दे उत्ते उहनां दे जिहड़े वोट बैंक सीगा उत्थे दे रिजल्ट की सी किहनूं वोटां पईआं बदनाम करन वास्ते कोई किसी नूं भी कुछ भी कह सकदा पर सारिआं नूं पता हकीकत कि ਕਾਂਗਰਸ ਨੂੰ ਕਿਸ ਤਰੀਕੇ ਸਪੋਰਟ ਉੱਥੋਂ ਮਿਲਦੀ ਰਹੀ ਆ ਸ਼ਰਿਆਂ ਮਿਲਦੀ ਰਹੀ ਆ ਕਾਂਗਰਸ ਦੇ ਲੀਡਰ ਜਾਂਦੇ ਰਹੇ ਆ ਮੁੱਖ ਮੰਤਰੀ ਸਾਹਿਬ ਆਪ ਜਾਂਦੇ ਰਹੇ ਆ ਹੈਲੀਕਾਪਟਰਾਂ ਦੀਆਂ ਫੋਟੋਆਂ ਸਾਰਾ ਕੁਝ ਤੁਹਾਡੇ ਸਾਹਮਣੇ ਤੁਸੀਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇਖੀਆਂ ਜਿਵੇਂ ਸਰ ਪਹਿਲਾਂ ਵੀ ਸਵਾਲ ਆ ਗਿਆ ਹੈ ਇੱਕ ਵਾਰ ਫਿਰ ਦੁਬਾਰਾ ਮੈਂ ਉਹੀ ਵੈਸੇ ਪੁੱਛਣਾ ਚਾਹਾਂਗਾ ਕਿ ਜਿਹੜੀ ਤੁਸੀਂ ਕਾਰਵਾਈ ਕਰਵਾ ਰਹੇ ਹੋ ਜਿਹੜੀ ਕੱਲ੍ਹ ਤੁਸੀਂ ਕਹਿ ਰਹੇ ਹੋ ਕਿ ਵੀਰਪਾਲ ਕੌਰ ਦੇ ਖਿਲਾਫ 295A ਦਾ ਮਾਮਲਾ ਦਰਜ ਕਰਾਉਣਾ ਹੈ ਕਾਂਗਰਸ ਵੱਲੋਂ ਵੀ ਤੁਹਾਨੂੰ ਕਾਫੀ ਜ਼ਿਆਦਾ ਡਿਫੇਮ ਕੀਤਾ ਗਿਆ ਸੁਖਬੀਰ ਬਾਦਲ ਨੂੰ ਜਿਹੜਾ ਉਹਨਾਂ ਵੱਲੋਂ ਇੱਕ ਪ੍ਰੋਪਾਗੈਂਡਾ ਬਣਾਇਆ ਗਿਆ ਕਿ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਵੀ ਕੋਈ ਤੁਸੀਂ ਕੋਈ ਪ੍ਰਦਰਸ਼ਨ ਵਗੈਰਾ ਕਰੋਗੇ ਇਸ ਨੂੰ ਲੈ ਕੇ ਪਹਿਲਾਂ ਜਿਹੜੇ ਸਬੂਤ ਹੈ ਇਹਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਹੈਗੀ ਹੈ FIR ਲੌਂਚ ਕਰਾਵਾਂਗੇ ਬਾਕੀ ਜਿਹੜੀ ਕੌਨਸਪਰੇਸੀ ਹੈ ਉਹ ਫਿਰ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ ਚੌਕਸਪੋਜ ਕਰਨੀ ਮੈਂ ਕਹਿ ਰਿਹਾ ਕਿ ਇਹਦੇ ਪਿੱਛੇ ਕੌਨਸਪਰੇਸੀ ਆ ਡੀਪ ਰੂਟਡ ਕੌਨਸਪਰੇਸੀ ਆ ਪੋਲੀਟੀਕਲ ਕੌਨਸਪਰੇਸੀ ਆ ਮੈਂ ਬੜਾ ਜ਼ਿੰਮੇਵਾਰੀ ਨਾਲ ਕਹਿ ਰਿਹਾ ਪਰ ਉਹ ਐਕਸਪੋਜ ਜਿਹੜੀ ਆ ਉਹ ਹੋਣੀ ਚਾਹੀਦੀ ਆ ਉਹ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ ਮੇਰਾ ਖਿਆਲ ਹੈ ਕਿ ਤੁਸੀਂ ਗੰਭੀਰਤਾ ਇਸ਼ੂ ਦੀ ਨੂੰ ਦੇਖ ਕੇ ਹੋ ਅਤੇ ਇੱਦਾਂ ਦੇ ਕੁਐਸਚਨ ਨਹੀਂ ਬਣਦੇ ਤੁਸੀਂ ਡਿਡਿਊਟ ਕਰਨ ਦੀ ਨਾ ਕੋਸ਼ਿਸ਼ ਕਰੋ ਇੱਦਾਂ ਦੇ ਕੁਐਸਚਨ ਪੁੱਛ ਕੇ ਅੱਜ ਬਹੁਤ ਸੀਰੀਅਸ ਮਸਲਾ ਮੈਂ ਤੁਹਾਨੂੰ ਵਾਰਡਿੰਗ ਪੜ੍ਹ ਕੇ ਦੱਸੀ ਹੈ ਯੂ ਸ਼ੁੱਡ ਨਾਟ ਇਹਨੂੰ ਛੋਟੀ ਪੋਲੀਟਿਕਸ ਦੇ ਵਿੱਚ ਨਾ ਉਲਝਾਉਣ ਦੀ ਕੋਸ਼ਿਸ਼ ਕਰੋ ਮੇਰੀ ਤੁਹਾਨੂੰ ਵੀ ਇੱਕ ਅਪੀਲ ਹੈ ਇਹ ਧਾਰਮਿਕ ਮੁੱਦਾ ਹੈਗਾ ਬਹੁਤ ਗੰਭੀਰ ਮੁੱਦਾ ਇਹਨਾਂ ਚੀਜ਼ਾਂ ਦੇ ਨਾਲ ਹੀ ਪੰਜਾਬ ਦੀ ਅਮਨ ਸ਼ਾਂਤੀ ਜੁੜੀ ਹੋਈ ਹੈ ਹਰ ਥਾਂ ਦੇ ਉੱਤੇ ਪੁਆਇੰਟਡ ਪੋਲੀਟੀਕਲ ਕੁਐਸਚਨ ਕਰਕੇ ਅਤੇ ਇਸ਼ੂ ਨੂੰ ਡਿਵਰਟ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਜਦੋਂ ਇਲੈਕਸ਼ਨ ਆਊਗੀ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਕੀ ਹੋਣਾ ਪੋਲੀਟੀਕਲ ਕਾਨਫਰੰਸਾਂ ਹੋਣਗੀਆਂ ਲੇਕਿਨ ਅੱਜ ਸੈਂਟੀਮੈਂਟਲ ਇੱਕ ਬਹੁਤ ਵੱਡਾ ਇਸ਼ੂ ਆ
मैं क्या अज बड़ा वड्डा इशू है, इस करके कृपा करके जिहड़ी गंभीर इशू है ना, ये फिर जो आप अनलिमिटेड डिस्कशन चल पी है फिर मेन इशू जोड़ा वो बैक तो रहता। ये जी एलीगेशन ने बहुत सीरीयस ने, इस करके मैं सारे तुम्हें बेनती करता कि कृपा करके इन्हों जी हैगी है इस सच्चाई में लभन की जरूर तुम भी कोशिश करो, बड़ी वही जिम्मेवारी इतने मीडिया की भी। नहीं मैं कह ना पिया हुण भी की हो रहा, ये सारी वोट बैंक राजनीति हो रही है, होर की हो रहा, इस करके उन्होंने होर तरीके कहता पंजाब वाले होर तरीके कर रहे हैं काम तो सारा, मैं इसे करके कह के पिछे साजिश है। नहीं बिल्ली तो पहला भी आई हुई है बहर, आ हूँ सबूत नाल नाल होर नज़र आई जाते, बिल्ली तो पहला भी कोई ये नहीं कि कोई भुलेखा सीगा भी इन्होंने की कुछ किया, पर हुण डे बाय डे सबूत होर ऐड हो जाते अपने आप ही, जिहड़े आ कुदरत बड़ी मेहरबान है अपने आप ही सबूत अगे तो अगे जिहड़े आ नाल जुड़ी जा रहे। तुहाडी आवाज नहीं बंद। कांग्रेस हाई कमांड कुछ कह रही है, आशा कुमारी कुछ कह रही है, ते स्टेट दा प्रधान कुछ कह रहा है, ये तो उन्होंने पुछ लो, वैसे उन्होंने तिना के वर्षन तो ज्यादा बैटर है। गल तो है कि सानू तो यह पता है कि हुण ये जो मर्जी कर लैन, जिहड़ी स्थिति कांग्रेस की बन गई ये डुबदे जहाज नू कोई बचा नहीं सकता, हुण तो सारे छालां मारन नू तैयार होए बैठे आ इस करके। पर सानू इस वेले जिहड़ा गंभीर मसला हैगा उहदे ते मैं रहना चाहुंदा पोलिटिकल, ते हाले अगे आवांगे काफी। नहीं ये तो बहुत वड्डा मसला, ये तो कोई इहदे ते कोई दो रावां नहीं है, ये तो इंसाफ असी लैके रवांगे, साडी ड्यूटी बनती है, जे असी इस चीज़ का भी हल ना करा सकीए तो फिर तो साडा की फायदा। थैंक यू जी, मेहरबानी। T5 चैनल पंजाबी हुणे सबसक्राइब करो, बैल आइकन पे क्लिक करो।